ਪਾਕ ਹੀ ਸਾਰਾ ਮਾਮਲਾ ਹੋਇਆ। ਨਬੀ ਪਾਕ ਦੀ ਜ਼ਿੰਦਗੀ ਚ ਤੇ ਸਹਾਬਾ ਜਾਣਦੇ ਸਨ ਨਾ, ਅਸੀਂ ਹੋਰ ਹਾਂ ਤੇ ਅਹਲੇ ਬੈਤ ਹੋਰ। ਪਤਾ ਸੀ ਸਾਰੇ ਲੋਕਾਂ ਨੂੰ, ਪਤਾ ਸੀ ਕਿ ਅਸੀਂ ਦਰੂਦ ਪੜ੍ਹਨੇ ਹਾਂ ਤੇ ਇਹਨਾਂ ਦੇ ਉੱਤੇ ਦਰੂਦ ਹੈ। ਮੇਰੇ ਮੋਹਤਰਮ ਸਾਹਮਣੇ ਮੈਂ ਆਪਣੇ ਨੌਜਵਾਨ ਨੂੰ ਅੱਜ ਕੱਲ੍ਹ ਇੱਕ ਗੱਲ ਦੱਸ ਰਿਹਾ, ਦੋ ਚਾਰ ਦਿਨ ਹੋ ਰਿਹਾ ਅਯਾਮ ਸਜਦਾ ਹੈ ਕਿ ਤੁਹਾਡੇ ਨਾਲ ਕੋਈ ਬਹਿਸ ਕਰੇਗਾ ਨਾ ਫਤਿਹ ਦੀ, ਤੇ ਜ਼ਰਾ ਪਹਿਲੇ ਮੇਰੀ ਗੱਲ ਧਿਆਨ ਨਾਲ ਸੁਣ। ਫਤਿਹ ਦੀ ਬਹਿਸ, ਜਮਲ ਦੀ ਬਹਿਸ, ਸਫੀਨ ਦੀ ਬਹਿਸ, ਨਹਿਰਵਾਨ ਦੀ ਬਹਿਸ, ਜਿਹੜੀ ਜਿਹੜੀ ਅਹਲੇ ਬੈਤ ਨਾਲ ਕੋਈ ਮਾਮਲਾਤ ਹੋਏ ਨੇ, ਉਹ ਫਿਰ ਮੁਸਲਮਾਨਾਂ ਵਿੱਚ ਇਸ ਵੇਲੇ ਬਹਿਸ ਕਰਨੀ ਜ਼ਰੀ ਆਪਸ ਵਿੱਚ ਮੁਸ਼ਕਲ ਹੈ। ਉਹ ਇੱਕ ਮਿਹਰਬਾਨੀ ਕਰੋ, ਆਪਣਾ ਮਜ਼ਹਬ ਪਹਿਲੇ ਲੋਕਾਂ ਨੂੰ ਦੱਸ ਦਿਓ, ਆਪਣਾ ਤਾਰਫ ਕਰਾ ਛੜਿਆ ਹੋਵੇ ਨਾ, ਆਪਣਾ ਤਾਰਫ ਕਰਾ ਛੜਿਆ ਹੋਵੇ ਤੇ ਕੁਝ ਲਿਹਾਜ਼ ਪੈਦਾ ਹੋ ਜਾਂਦਾ। ਲਿਹਾਜ਼ ਜਿਹੜਾ ਬੰਦਾ ਬੱਸ 'ਚ ਬਹਿ ਕੇ ਆਖੇ ਨਾ ਕੰਡਕਟਰ ਨੂੰ ਸੱਦ ਕੇ ਕਿ ਮੈਨੂੰ ਬਿਸਤ ਨਾ ਕਰੀ, ਮੇਰੇ ਕੋਲ ਕਿਰਾਇਆ ਕੋਈ ਨਹੀਂ, ਮੇਰੀ ਕੰਨ 'ਚ ਗੱਲ ਸੁਣ ਲੈ, ਕਿਰਾਇਆ ਮੇਰੇ ਕੋਲ ਕੋਈ ਨਹੀਂ, ਹੁਣ ਰੌਲਾ ਨਾ ਪਾਈ, ਜਿੱਥੇ ਜਾ ਕੇ ਬੱਸ ਖਲੋਵੇਗੀ ਨਾ ਉੱਥੇ ਉੱਤਰਦੇ ਸਾਰ ਮੈਂ ਕਿਸੇ ਕੋਲ ਫੜ ਕੇ ਤੈਨੂੰ ਦਿਆਂਗਾ ਤੇ ਉਹਨੂੰ ਮੈਂ ਦੇ ਲਾਂਗਾ, ਆਖੀ ਮੈਨੂੰ ਕੁਝ ਨਾ, ਚੂੰਕਿ ਉਸ ਆਪਣੀ ਹੈਸੀਅਤ ਵਾਸਤੇ ਕਰ ਦਿੱਤੀ ਹੈ, ਇਸ ਵਾਸਤੇ ਲੜਾਈ ਨਹੀਂ ਹੋਈ। ਆਪਣੀ ਹੈਸੀਅਤ ਨੂੰ ਵਾਸੇ ਕਰਦੇ ਹੋ, ਮਿਹਰਬਾਨੀ ਕਰੋ, ਬਿਲਕੁਲ ਸੌਖੇ ਹੋ ਜਾਓਗੇ। ਬਹਿਸ ਮੈਂ ਕਾਜ਼ਮੀ ਸਾਹਿਬ ਮੁਕਾ ਨਹੀਂ ਸਕਦਾ, ਘਟਾ ਸਕਦਾ, ਘਟ ਜਾਗੀ ਬਹਿਸ, ਹੁਣੇ ਮੈਂ ਘਟਾ ਦਿੰਦਾ ਤੁਹਾਡੇ ਸਾਹਮਣੇ। ਇਹ ਬਹਿਸਾਂ ਨੇ ਨਾਜ਼ੁਕ, ਫਤਿਹ, ਜੰਗੇ ਜਮਲ, ਸਫੀਨ, ਨਹਿਰਵਾਨ, ਇਹ ਅਹਿਲੇ ਬੈਤ ਨਾਲ ਮਾਮਲਾਤ ਹੋਏ ਨੇ ਮੁਸਲਮਾਨਾਂ ਦੇ, ਉਹ ਜ਼ਰਾ ਮੁਸ਼ਕਲ ਹੈ, ਲੇਕਿਨ ਮੁਸ਼ਕਲ ਵੀ ਐਡੀ ਨਹੀਂ ਜਿੰਨੀ ਤੁਸੀਂ ਤਵੱਜੋ ਫਰਮਾਈਏ। ਬਜ਼ੁਰਗ ਸਾਰੇ ਮੇਰੇ ਨਾਲ ਤਾਮਨ ਕਰੋ, ਮੇ ਵੀ ਉਮਰ 50-55 ਤੋਂ ਉੱਤੇ ਵੇ, ਤੁਹਾਡੀ ਵੀ ਤੇ ਜਿਹੜੇ ਬੱਚੇ ਬੈਠੇ ਨੇ ਇਹਨਾਂ ਨੂੰ ਗੱਲ ਜ਼ਰਾ ਸੁਣਾਈ। ਤੁਸੀਂ ਮਿਹਰਬਾਨੀ ਕਰਕੇ ਨੌਜਵਾਨੋ ਸੁਣਨਾ, ਫਤਿਹ ਦੀ ਕੋਈ ਬੰਦਾ ਤੁਹਾਡੇ ਨਾਲ ਬੈਤ ਛੇੜਨ ਲੱਗੇ, ਜਮਲ ਦੀ, ਸਫੀਨ ਦੀ ਛੇੜਨ ਲੱਗੇ, ਉਹਨਾਂ ਨੂੰ ਇੱਕ ਗੱਲ ਪਹਿਲਾਂ ਕਰਨੀ ਹੈ, ਉਹਨਾਂ ਨੂੰ ਮੇਰੀ ਗੱਲ ਪਹਿਲਾਂ ਸੁਣ ਲੈ, ਮੇਰੀ ਗੱਲ, ਸ਼ੁਕਰੀਆ ਸ਼ੁਕਰੀਆ, ਪਹਿਲਾਂ ਸੁਣ ਲੈ। ਉਹਨੂੰ ਆਖੀ ਗੱਲ ਮੇਰੇ ਨਾਲ ਤੂੰ ਜਿਹੜੀ ਵੀ ਕਰਨੀ ਹੈ ਨਾ, ਮੈਂ ਤੈਨੂੰ ਕੁਰਾਨ 'ਤੇ ਹੱਥ ਰੱਖ ਕੇ ਦੱਸਣ ਲੱਗਾ, ਧਿਆਨ ਨਾਲ ਕਰੀ, ਅਸੀਂ ਅਹਲੇ ਬੈਤ ਨੂੰ ਮਾਸੂਮ ਮੰਨੇ। ਅੱਬਲ ਤਾਂ ਬਹਿਸ ਹੋਵੇਗੀ ਨਹੀਂ, ਅੱਬਲ ਤਾਂ ਮੁੱਕ ਜਾਏਗੀ। ਸਿਆਣਾ ਬੰਦਾ ਉਂਝ ਆਖੇਗਾ ਚਲੋ ਠੀਕ, ਸਿਆਣਾ ਬੰਦਾ ਆਖੇਗਾ ਚਲੋ ਮੀਆਂ ਠੀਕ ਹੈ, ਗੱਲ ਮੁੱਕ ਗਈ, ਬਹੁਤ ਸ਼ੁਕਰੀਆ ਕਿੱਦਾਂ, ਗੱਲ ਮੁੱਕ ਗਈ। ਜਦੋਂ ਤੁਸੀਂ ਅਹਲੇ ਬੈਤ ਨੂੰ ਸਮਝਦੇ ਹੀ ਮਾਸੂਮ ਹੋ, ਤੇ ਮਾਸੂਮ ਆਉਂਦੇ ਹੀ ਉਹਨੂੰ ਜਿਹੜਾ ਗਲਤੀ ਨਾ ਕਰੇ, ਤੇ ਬਾ ਬਹਿਸ ਮੁੱਕ ਗਈ, ਖਤਮ ਹੋ ਗਈ, ਨਾ ਮੁਕਦਮੇ ਦੀ ਬਹਿਸ ਕਰਨ ਦੀ ਲੋੜ ਹੈ, ਨਾ ਜਮਲ ਦੀ ਬਹਿਸ ਕਰਨ ਦੀ ਲੋੜ ਹੈ। ਅਸੀਂ ਅਹਲੇ ਬੈਤ ਨੂੰ ਮਾਸੂਮ ਮੰਨਦੇ ਹਾਂ, ਹਜ਼ਰਤ ਅਲੀ ਨੂੰ ਮਾਸੂਮ ਮੰਨਦੇ ਹਾਂ, ਬੀਬੀ ਨੂੰ ਮਾਸੂਮਾ ਮੰਨਦੇ, ਹਜ਼ਰਤ ਅਲੀ ਨੂੰ ਮਾਸੂਮ ਮੰਨਦੇ ਹਾਂ ਤੇ ਬੀਬੀ ਨੂੰ ਮਾਸੂਮਾ ਮੰਨਦੇ ਹਾਂ, ਗੱਲ ਮੁੱਕ ਗਈ, ਬਹਿਸ ਕਾਹਦੀ, ਉਹ ਹੈ ਨਹੀਂ ਮਾਸੂਮ, ਜਦੋਂ ਹੈ ਹੀ ਮਾਸੂਮ ਨੇ ਤਾਂ ਬਹਿਸ ਕਾਹਦੀ ਕਰਨੀ, ਜਦੋਂ ਹੈ ਹੀ ਮਾਸੂਮ ਨੇ ਤਾਂ ਬਹਿਸ ਕਾਹਦੀ ਕਰਨੀ, ਮਾਸੂਮ ਗਲਤੀ ਨਹੀਂ ਕਰਦਾ, ਬਸ ਖਤਮ ਹੋ। ਉਹ ਜਿਹੜਾ ਤੁਹਾਡੇ ਇਲਾਕੇ 'ਚੋਂ ਹੀ ਬਹਿਸ ਸ਼ੁਰੂ ਹੋਈ ਹੈ, ਇਹ ਜਿਹੜਾ ਨਾ ਕੋਈ ਟਾਂਡੇ ਦਾ ਇਲਾਕਾ, ਇੱਥੋਂ ਹੀ ਬਹਿਸ ਸ਼ੁਰੂ ਹੋਈ ਸੀ, ਤੁਹਾਨੂੰ ਪਤਾ ਸਾਰੀ ਗੱਲ ਤਾਂ, ਕੋਈ ਬੀਬੀ ਦੀ ਇਸਮਤ 'ਤੇ ਉਹਨਾਂ ਕਿ ਨਹੀਂ ਮਾਸੂਮਾ ਨਹੀਂ, ਨਬੀ ਤੋਂ ਬਾਅਦ ਮਾਸੂਮ ਕੋਈ ਨਹੀਂ, ਇਹ ਹੀ ਰੌਲਾ ਹੈ। ਬਹਿਸ ਅਸਲ 'ਚ ਇਹ ਵੇ, ਮੁਕਦਮੇ ਦੀ ਬਹਿਸ ਛੱਡੋ, ਜੰਗ ਦੀ ਵੀ ਵੜਨ ਵਿੱਚ, ਜੰਗ 'ਚ ਵੀ ਲੜਨ ਦੀ ਵੜਨ ਦੀ ਲੋੜ ਨਹੀਂ ਅਤੇ ਮੁਕਦਮੇ 'ਚ ਵੀ ਵੜਨ ਦੀ ਲੋੜ ਨਹੀਂ। ਬਹਿਸ ਇਹ ਹੀ ਹੈ, ਮਾਸੂਮ ਹੈ ਕਿ ਨਹੀਂ, ਮਾਸੂਮ ਨੇ ਤਾਂ ਬਹਿਸ ਮੁੱਕ ਗਈ। ਅਸਾਂ ਬਹਿਸ ਇਸ ਵਾਸਤੇ ਮੁਕਾ ਛੜੀ ਹੈ ਕਿ ਅਸੀਂ ਬਤੂਲ ਨੂੰ ਵੀ ਮਾਸੂਮਾ ਮੰਨਦੇ ਹਾਂ, ਅਮੀਰੁਲ ਮੋਮਿਨੀਨ ਨੂੰ ਵੀ ਮਾਸੂਮ ਮੰਨਦੇ, ਇਹ ਸਾਡੇ ਨਾਲ ਬਹਿਸ ਬਣਦੀ ਹੈ ਕਿ ਮਾਸੂਮ ਹੈਣ ਜਾਂ ਨਹੀਂ। ਇਸ ਵੇਲੇ ਕਾਨਫਰੰਸਾਂ ਹੋ ਰਹੀਆਂ ਨੇ ਪਾਕਿਸਤਾਨ 'ਚ, ਖਾਤਮੁਲ ਮਾਸੂਮੀਨ, ਪਹਿਲੇ ਹੁੰਦੀਆਂ ਸਨ ਖਾਤਮੁਲ ਨਬੀ ਜੀਨ, ਹਜ਼ੂਰ ਤੇ ਨਬੂਤ ਖਤਮ ਹੋਈ, ਹੁਣ ਉਹ ਕਾਨਫਰੰਸਾਂ ਪੇ ਕਰਦੇ ਨੇ ਕਿ ਖਾਤਮੁਲ ਮਾਸੂਮੀਨ, ਹਜ਼ੂਰ ਤੇ ਨਬੂਤ ਵੀ ਖਤਮ ਹੈ, ਰਿਸਾਲਤ ਵੀ ਖਤਮ ਹੈ ਤੇ ਇਸਮਤ ਵੀ ਖਤਮ ਹੈ, ਹਜ਼ੂਰ ਤੋਂ ਬਾਅਦ ਮਾਸੂਮ ਕੋਈ ਨਹੀਂ। ਸਾਰੇ ਕੋਈ ਮਾਸੂਮ ਸਾਰੇ ਨਹੀਂ ਹੋਣਗੇ ਤੇ ਬਹਿਸ ਹੋਵੇਗੀ ਨਾ, ਬਹੁਤ ਸ਼ੁਕਰੀਆ ਯਾਰ, ਬਈ ਸਾਰੇ ਮਾਸੂਮ ਨਹੀਂ ਹੋਣਗੇ ਤੇ ਬਹਿਸ ਹੋਵੇਗੀ, ਜਦੋਂ ਇੱਕ ਮਾਸੂਮ ਸਾਬਤ ਹੋ ਗਿਆ ਤੇ ਬਹਿਸ ਹੱਥ ਮੁੱਕ ਗਈਆਂ। ਇਹ ਬੰਦਿਆਂ ਕੋਲ ਬਹਿਸ ਜਾਰੀ ਰੱਖਣ ਵਾਸਤੇ ਪੈ ਆਉਂਦੇ ਨੇ, ਕੋਈ ਨਹੀਂ ਮਾਸੂਮ, ਕੋਈ ਨਹੀਂ ਮਾਸੂਮ, ਸਾਡੇ ਨਜ਼ਦੀਕ ਅਲੀ ਵੀ ਮਾਸੂਮ ਨੇ ਤੇ ਜਨਾਬੇ ਸਜਦਾ ਵੀ ਮਾਸੂਮ ਨੇ, ਉਹਨਾਂ ਦੀ ਔਲਾਦ ਵੀ ਮਾਸੂਮ ਨੇ ਤੇ ਮਾਦੀ ਤੱਕ ਮਾਸੂਮ ਨੇ। ਭਾਈ 14 ਮਾਸੂਮ ਇਨ ਜਦੋਂ ਅਸੀਂ ਜਾਂਦੇ ਹਾਂ, ਅਸਲ ਗੱਲ ਕਿਬਲਾ ਇਸਮਤ ਦੀ ਹੈ, ਉਹਨੂੰ ਮੈਂ ਥੋੜ੍ਹਾ ਜਿਹਾ ਪੜ੍ਹਨਾ ਚਾਹੁੰਦਾ, ਅਜ਼ਾਨ ਮਗਰਬ ਤੱਕ ਹੀ ਪੜ੍ਹਾਂਗਾ, ਫਿਕਰ ਨਹੀਂ ਕਰਨੀ, ਉਹਨੂੰ ਪੜ੍ਹਨਾ ਚਾਹੁੰਦਾ ਕਿ ਇਸਮਤ ਕੀ ਹੈ ਅਤੇ ਇਹ ਮਾਸੂਮ ਕੈਸੇ ਨੇ। ਜਿਹੜੇ ਬੰਦੇ ਖਤਮੁਲ ਮਾਸੂਮੀਨ ਦੇ ਕਾਨਫਰੰਸਾਂ ਪੇ ਕਰਦੇ ਨੇ, ਉਹ ਆਉਂਦੇ ਨੇ ਕਿ ਨਬੀ ਤਾਂ ਇਸਮਤ ਮੁੱਕ ਗਈ, ਨਬੀ ਤਾਂ ਇਸਮਤ ਮੁੱਕ ਗਈ। ਅਸੀਂ ਇਸ ਗੱਲ ਨੂੰ ਵੀ ਸੁਣਨ ਵਾਸਤੇ ਤਿਆਰ ਸਾਂ, ਸ਼ਾਇਦ ਕਿ ਨਬੀ ਤਾਂ ਇਸਮਤ ਮੁੱਕ ਜਾਂਦੀ ਹੈ ਜੇ ਬੰਦੇ ਇਮਾਨਦਾਰੀ ਨਾਲ ਮੁਹੰਮਦ ਨੂੰ ਵੀ ਮਾਸੂਮ ਮੰਨ ਗਏ ਹੁੰਦੇ। ਸਰ ਉਠਾਓ ਜੀ, ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ, ਸਰਕਾਰ ਨੂੰ ਬੰਦੇ ਮਾਸੂਮ ਮੰਨ ਗਏ ਨੇ, ਚਲੋ ਹਜ਼ਰਤ ਅਲੀ ਨੂੰ ਨਹੀਂ ਮੰਨਦੇ, ਜਨਾਬੇ ਸਈਦਾ ਨੂੰ ਨਹੀਂ ਮੰਨਦੇ, ਉਹ ਗੱਲ ਬਾਅਦ ਦੀ ਰਹਿ ਗਈ, ਤੁਸੀਂ ਫਿਰ ਹਸਨ ਹੁਸੈਨ ਨੂੰ ਨਹੀਂ ਮੰਨਦੇ, ਅਗਲੀ ਗੱਲ ਛੱਡੋ,
नबी नू मासूम मनो यार मनो नबी नू ते मासूम मनो ना तुहानू पता ते लगे मासूम हुंदा कौन है तुहानू पता ते लगे कि इस्मत आंदे किनू ने इस्मत ते पता ते लग गया होवे फिर अगे भी गल तोड़ने पैगंबर नू ही मन जो यार कोई रौला नहीं सांते बड़े खुश हाँ जे पैगंबर नू ही मासूम मन जो जे मन गए होंदे तो मैंने भी बहस करने की लड़ नहीं सी इको ही जुमला मैं पढ़न लगा सारी मजलिस दे विच आ जाएगी हजरात अगर ये कायनात हमारे अलावा जो है पैगंबर को मासूम मान चुकी होती और मुहम्मद मुस्तफा सरकार की इस्मत की कायर होती तो फिर इस्मत में ऑपरेशन की गुंजाइश नहीं होती। तो सकी सुने मेरे को मौला तुहानू जजा देवे तुसा चार ऑपरेशन हर किताब च लिखे ने के नबी पाक दे चार ऑपरेशन होए ऑपरेशन कादे वास्ते किया जाता गुजरात को ऑपरेशन होंदे ही होणगे वड्डे डाक्टर को कौन ही होंदे आंदे ने कौन नहीं चलो मुक गई गल इत्थे भांडे ही बनते ने शुरू तो हद मुक गई तुहाडे वाली गुजरात च डाक्टर कोई नहीं हॉस्पिटल कोई नहीं भाई अल्लाह जो बंदे हो डॉक्टर से ऑपरेशन नहीं करते करते ने जरा इतों ना हो सके लाहौरों जाके हो जाएगा या इस्लामाबाद हो जाएगा ऑपरेशन तो होंगे ना ऑपरेशन जिथे होंगे ना भावें बंदे का हो भावें मस्जिद का कोई भैड़ी शह होंगी है जिन्हों कटिया जाए बंदे भी ऑपरेशन करके कोई शह कटी जाती है तो डॉक्टर मुशरफ ने ऑपरेशन मस्जिद का किया इस्लामाबाद एक मस्जिद है उहदे विच वी कोई है सी मस्जिद च कुरान आउण मस्जिद च रेल आउण मस्जिद च सफा आउण मस्जिद च मौलवी साहब आउण ऑपरेशन की लोड़ कोई नहीं क्योंकि यह सारिया शामा विच होनिया चाहीदियां ने कोई भैड़ी शायद विच होवे तो फिर ऑपरेशन करीदा भैड़ी शायद तो मुराद की है असला और मता मसीते रखा होवे फीम मसीते रखी होवे फूड़ा चिरस रखी होवे हुण तो खैर नसवार वाला भी काम मुक जाना इंशाअल्लाह अगे मस्जिद चोर तो नशा कौन सी होंगे नसवार होंगी सी यार पठान सारे नसवार खाते ने तुहानू ही पता सारी गलों का मैनू ही पता गुजरात वाले वो नसवार से पाबंदी लाती उन्होंने जेडे सऊदी अरब वाले उन्होंने कहते उमरा कर जो बंदे हो नसवार ना लैके आने ना नसवार खान देनी यदा मतलब उमरा आराम हो जाएगा बड़ा रश घट जाएगा वो कोई सौखा हो जाएगा पठाना कितने जाना फिर वो तो बेचारे नसवार तो बगैर बचते ही नहीं नसवार एक नशा बकायदा जे कोई खाता है तो मैं माफी दे आ जाए नसवार नशा है मैं जिंदगी च एक बार सिर्फ खाधी जो मैं गलती नहीं मैं सब कुरान सामने झूठ नहीं बोलता एक बार तंबाकू वाला पान खाता है एक बार मैं नसवार खाधी वो नसवार भी एक बंदा डब्बी होंगी है नसवार वाली उत्ते शीशा लगा होंगे तुम्हें पता ला के ना कपड़े अपने वेस्टकोट टन के वो साढ़े शेख साहब होंगे सन बड़े अच्छे साढ़े दोस्त सन खिलाड़ी सन बड़े अच्छे हाकी के वो हाकी पर खेलते सन तो टंग के ना अपनी वेस्टकोट गए हैं तो मैं वेख्या भी खाते सन इलाके में तो वो नसवार खा के हाकी भी खेडी जाते सन तो मैं आख्या भी वेखिए तो सही वो मैं डब्बी कट के ना चोरी जो शेख साहब न तराज को नहीं तो इतराज हो सकता वह मैं कट के चोरी तो मैं उस इन्नी को कट के जिम्मे रख देना चूंडी कुट के अजे तो उचे ची मैं बड़े अंदाज ना इतने रख के तो डब्बी बच्चे पा छड़ी वो उतों हाई स्कूल तो असं खेडते सर मैं भी खिलाड़ी सर असं बहर बैठे सौ खेड रहे उतों वापस हुए तो शाम हो गई शाम तक खेडते सर अगर पट्ठा से सामने तो पट्ठे तो बत्ती टंगी पट्ठिया ना चिमनिया रात को बत्तियां टंगिया होंगे वो बत्ती टंगी तो मैनू जापे भी पंजी त्री बत्तियां ने जड़िया चार चुफर आए मैं क्या यार जी पट्ठे तो बत्तियां बड़िया लगिया उन्हें हस पाओ आखन लगा कि बत्तियां एक बत्ती मैं क्या बत्ती बड़ी जी इस वे पट्ठे की चिमनी ना उन्हें आख्या इन फड़ लो भाई ए जिन्हों एक बत्ती दिन इन नज़र आदि ये काम हो गया जो की आ मेरा रंग फक मैं वेखी जावा वो शेख साहब सियाने बंदे सर वो मैं गरीब आके आख लगे की आ मैं क्या मैं नसवार खाती आंदे सुट थले बहर सुट वे सर मेरे तो बड़े वह बहर सुटी उन्हें आख्या दूँ बहवों तो फड़ लो तो इनू पिंड लै चलो अजय छेती यदा असर जाना नहीं अजय इन्हें दो त्रै थुका थुक क्या बड़ा काम उदों का मैं पता है भाई ये नशा है तंबाकू वाला पान भी मैं जिंदगी एक खाधा एक बार सिर्फ मैनू की पता से देता महंगा वो दो थुका थुक वो भी हूं टे आने लग पा हूं टे मैं हाल भी कम खराब हो गया
ਇਹ ਦੋ ਕੰਮ ਮੈਂ ਜ਼ਿੰਦਗੀ ਜੀ ਇਹ ਮੈਂ ਕੀਤੇ। ਇਹ ਮੈਨੂੰ ਪਤਾ ਹੈ ਮੈਂ ਤਾਂ ਪਿਆ ਨਾ ਫਿਰ ਦੋਵੇਂ ਨਸ਼ੇ ਬੂਟੀ ਵੀ ਨਸ਼ਾ ਐਡ ਬੂਟੀ ਉਹ ਨਹੀਂ ਪੀਤੀ ਮੈਂ ਉਹ ਮਤੇ ਆਖੋ ਵੀ ਸਾਰੇ ਕੰਮ ਕਰਕੇ ਆ ਗਏ ਮੈਂ ਜਿਹੜੀ ਕੰਮ ਕੀਤਾ ਉਹ ਦੱਸਿਆ ਮੈਂ ਤਾਂ ਬੂਟੀ ਨਹੀਂ ਪੀਤੀ ਉਹ ਨਹੀਂ ਪੀਤੀ ਉਹ ਹੈ ਨਸ਼ਾ। ਇਹ ਜਿੰਨੇ ਬੰਦੇ ਆਉਂਦੇ ਨੇ ਬੂਟੀ ਪੀਂਦੇ ਨੇ ਬੂਟੀ ਪੀਂਦੇ ਬੂਟੀ ਵੀ ਨਸ਼ਾ ਨਸਵਾਰ ਵੀ ਨਸ਼ਾ ਤੰਬਾਕੂ ਵਾਲਾ ਪਾਨ ਵੀ ਨਸ਼ਾ। ਇਹ ਜਦੋਂ ਬੰਦੇ ਗੱਲ ਕਰਨਗੇ ਨਾ ਅਗਲੇ ਸ਼ੀਆ ਬੂਟੀ ਪੀਂਦੇ ਨੇ ਆਉਂਦਾ ਸਾਰੇ ਸ਼ੀਆ ਨਹੀਂ ਪੀਂਦੇ ਸਾਰੇ ਪੀਂਦੇ ਕਦੋਂ ਸਨ ਕੁਝ ਪੀਂਦੇ ਨੇ ਥੋੜ੍ਹੇ ਬਹੁਤ। ਅੱਛਾ ਆਪ ਬੰਦੇ ਨੇ ਸਵਾਰ ਵੀ ਖਾ ਲੈਂਦੇ ਨੇ ਉਹੀ ਨਸ਼ਾ ਹੈ ਅਤੇ ਮਸੀਤੇ ਵੀ ਲੈ ਜਾਂਦੇ ਨੇ। ਮੈਂ ਇੱਕ ਮੌਲੀ ਨੂੰ ਪੁੱਛਿਆ ਵੀ ਨਸਵਾਰ ਡੱਬੀ ਤੁਹਾਡੀ ਬੁੱਝ 'ਚ ਹੁੰਦੀ ਤਾਂ ਨਮਾਜ਼ ਵੀ ਪੜ੍ਹਦੇ ਹੋ ਉਹਨਾਂ ਕਿਹਾ ਇਹ ਥੋੜ੍ਹਾ ਬਹੁਤ ਨਸ਼ਾ ਹੈ ਲੇਕਿਨ ਪਲੀਤ ਤਾਂ ਨਹੀਂ ਨਾ। ਮੈਂ ਕਹਿੰਦਾ ਬੂਟੀ ਵੀ ਪਲੀਤ ਨਹੀਂ ਐ ਬੂਟੀ ਦੀ ਵਕਾਲਤ ਕਰਨਾ ਮੈਂ ਕਿਹਾ ਨਹੀਂ ਤੁਸੀਂ ਦੱਸੋ ਸਾਨੂੰ ਆਉਂਦੇ ਹੋ ਬੂਟੀ ਪੀਂਦੇ ਨੇ ਬੂਟੀ ਪੀਂਦੇ ਨੇ ਹਾਲਾਂਕਿ ਸਾਰੇ ਸਾਡੇ ਨਹੀਂ ਪੀਂਦੇ ਤੁਹਾਡੇ ਵੀ ਸਾਰੇ ਨਸਵਾਰ ਨਹੀਂ ਖਾਂਦੇ ਪਾਨ ਵੀ ਸਾਰੇ ਨਹੀਂ ਖਾਂਦੇ ਲੇਕਿਨ ਤੁਸੀਂ ਵੀ ਤਾਂ ਮਾੜਾ ਟੁੱਕ ਮੋਟਾ ਨਸ਼ਾ ਕਰਦੇ ਹੀ ਹੋ ਨਾ ਸਾਡੇ ਮਗਰ ਕਿਉਂ ਚੜ ਗਿਆ ਐ ਬੂਟੀ ਤਾਂ ਨਹੀਂ ਨਾ। ਮੈਂ ਮੈਨੂੰ ਪਤਾ ਤੂੰ ਬੂਟੀ ਵਾਲ ਤਾਂ ਖਰਾਬ ਕਿਉਂ ਹੈ ਉਹ ਸਾ ਕਿਉਂ ਮੈਂ ਨਸਵਾਰ ਵਾਲੇ ਅਲੀ ਅਲੀ ਨਹੀਂ ਨਾ ਕਰਦੇ ਅਸਲ ਗੱਲ ਨਹੀਂ ਇਹ ਹੁਣ ਨਸਵਾਰ ਵੀ ਉੱਥੇ ਰੁਕ ਗਈ ਹੈ। ਮੈਂ ਕਿਸੇ ਦੀ ਵਕਾਲਤ ਨਹੀਂ ਪਿਆ ਕਰਦਾ ਨਸ਼ਾ ਕੋਈ ਵੀ ਹੋਵੇ ਚੰਗਾ ਨਹੀਂ ਛੋਟਾ ਵੀ ਹੋਵੇ ਵੱਡਾ ਵੀ ਹੋਵੇ ਠੀਕ ਜੂ ਨਹੀਂ। ਮੈਂ ਫਿਰ ਪਹਿਣਾ ਠੀਕ ਨਹੀਂ ਮੈਂ ਤਾਂ ਇਸਮਤ ਪੜ੍ਹਨਾ ਚਾਹੁੰਦਾ ਨਾ ਇਹਦਾ ਮਤਲਬ ਇਹ ਵੀ ਤੰਬਾਕੂ ਵਾਲਾ ਪਾਨ ਇੱਕ ਵਾਰੀ ਮੈਂ ਖਾਧਾ ਮੈਨੂੰ ਇੱਥੇ ਕੋਈ ਬੰਦਾ ਮੇਰਾ ਪੁੱਤਰ ਖਾਣ ਲੱਗ ਪਿਆ ਮੈਂ ਉਹਨੂੰ ਡੱਕ ਹੀ ਨਹੀਂ ਸਕਦਾ ਮੈਂ ਉਹਨੂੰ ਕੀ ਆਖਾਂ ਮੈਨੂੰ ਡੱਕਦਿਆਂ ਵੀ ਸ਼ਰਮ ਆਉਂਦੀ ਹੈ ਪਰ ਮੈਂ ਇਹਨੂੰ ਆਖਾਂ ਇਹੋ ਜਿਹਾ ਕੰਮ ਨਹੀਂ ਕਰਦੀ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹੋਰ ਇੱਕ ਮਿਸਾਲ ਦੇਣਾ ਮੈਂ ਕੜਾਕੇ ਕੱਢਦਾ ਸਾਂ ਕੜਾਕੇ 'ਚ ਕੱਢ ਤੁਸੀਂ ਵੀ ਕੱਢਦੇ ਹੋਵੋਗੇ ਉਹ ਮੇਰੀ ਅੰਮਾ ਮੈਨੂੰ ਆਖਣ ਲੱਗੀ ਵੀ ਤੂੰ ਕੜਾਕੇ ਨਾ ਕੱਢਿਆ ਕਰ ਇਸ ਤਰ੍ਹਾਂ ਉਂਗਲਾਂ ਕਮਜ਼ੋਰ ਹੋ ਜਾਏ ਮੈਂ ਕਿਹਾ ਨਹੀਂ ਅੰਮਾ ਕੁਝ ਨਹੀਂ ਹੁੰਦਾ। ਉਹ ਮੇਰਾ ਦਾਦਾ ਬੜਾ ਸਖਤ ਸੀ ਇੰਤਹਾਈ ਸਖਤ ਉਹ ਸਕਾ ਸ਼ਾਮ ਨੂੰ ਤੇਰੇ ਮੈਂ ਦਾਦੇ ਨੂੰ ਦੱਸਾਂਗੀ। ਉਹ ਦਾਦੇ ਨੂੰ ਸ਼ਿਕਾਇਤ ਕੀਤੀ ਤਾਂ ਮੈਂ ਅੰਮਾ ਦੇ ਪਿੱਛੇ ਲੁੱਕ ਗਿਆ ਮੈਂ ਕਿਹਾ ਅੰਮਾ ਮਿਹਰਬਾਨੀ ਕਰੀ ਨਾ ਦੱਸੀ ਬਾਬੇ ਨੂੰ ਨਾ ਦੱਸੀ ਬਾਬੇ ਬਾਬਾ ਬੜਾ ਗਰਮ ਹੁੰਦਾ ਉਹ ਸਕਾ ਮੈਂ ਦੱਸ ਕੇ ਛੱਡਾਂਗੀ ਮੈਂ ਪੁੱਤਰ ਬਚਾਉਣਾ ਉਹ ਸਕਾ ਚਾਚਾ ਜੀ ਉਹ ਮੇਰੇ ਦਾਦੇ ਨੂੰ ਚਾਚਾ ਜੀ ਆਉਂਦੀ ਮੇਰੀ ਮਾਂ ਉਹ ਸਕਾ ਚਾਚਾ ਜੀ ਇਹ ਮੁੰਡਾ ਕੜਾਕੇ ਬੜੇ ਕੱਢਦਾ ਉਹ ਸਕਾ ਨਿੱਕਿਆ ਹੁੰਦਾ ਮੈਂ ਵੀ ਬੜੇ ਕੱਢਦਾ ਕੰਮ ਕੇ ਡੱਕੇ ਤੇ ਉਹ ਜਿਸ ਕੰਮ ਆਪ ਨਾ ਕੀਤਾ ਮੌਲਾ ਤੁਹਾਨੂੰ ਜਜ਼ਾਏ ਖੈਰ ਅਤਾ ਫਰਮਾਏ ਬਹੁਤ ਸ਼ੁਕਰੀਆ ਯਾਰ ਬਾਬਾ ਤੇ ਤਾਂ ਡੱਕਦਾ ਜੇ ਬਾਬੇ ਆਪ ਨਾ ਕੀਤਾ ਹੋਵੇ ਮੈਂ ਹੁਣ ਨਾ ਕਿਸੇ ਨੂੰ ਨਸਵਾਰ ਤੋਂ ਰੋਕਣਾ ਤੇ ਨਾ ਕਿਸੇ ਤੰਬਾਕੂ ਵਾਲੇ ਪਾਨ ਤੋਂ ਰੋਕਣਾ ਪਰ ਜੇ ਕਿਸੇ ਬੱਚੇ ਨੂੰ ਪਤਾ ਲੱਗ ਗਿਆ ਉਹ ਸਕਿਆ ਅੱਬਾ ਆਪ ਖਾਂਦਾ ਰਿਹਾ ਤੁਹਾਨੂੰ ਪਤਾ ਬੱਚੇ ਜੀ ਐਡੇ ਬੇਲਿਹਾਜ਼ ਹੋ ਜਾਂਦੇ ਨੇ ਉਹ ਪਿਓ ਨੂੰ ਵੀ ਆਖ ਛੱਡਦੇ ਨੇ ਮੈਨੂੰ ਸਜ਼ਾ ਉਹ ਦੇਵੇ ਜਿਹਦੇ ਵਿੱਚ ਕੋਈ ਐਬ ਨਾ। ਮੌਲਾ ਤੁਹਾਨੂੰ ਜਜ਼ਾਏ ਖੈਰ ਦੇਵੇ ਇਹਦਾ ਮਤਲਬ ਇਹ ਮੈਂ ਹੁਣ ਸੌਂ ਨਾ ਤਾਂ ਦੇ ਸਕਣਾ ਕਿਬਲਾ ਨਸਵਾਰ ਦੀ ਭਾਵੇਂ ਇੱਕ ਵਾਰੀ ਖਾਧੀ ਅਤੇ ਨਾ ਦੇ ਸਕਦਾ ਤੰਬਾਕੂ ਵਾਲੇ ਪਾਨ ਦੀ ਭਾਵੇਂ ਇੱਕ ਵਾਰੀ ਖਾਧਾ ਇਸ ਵਾਸਤੇ ਮੈਂ ਸੌਂ ਨਹੀਂ ਦੇ ਸਕਦਾ। ਹੁਣ ਮੈਂ ਨਾ ਖਾਣਾ ਨਾ ਸਿਗਰਟ ਪੀਣਾ ਨਾ ਨਸਵਾ ਨਾ ਨਸ਼ਾ ਕੋਈ ਅਲਹਮਦੁਲਿਲਾ ਲੇਕਿਨ ਮੈਂ ਸੌਂ ਨਹੀਂ ਦੇ ਸਕਦਾ ਸੌਂ ਨਹੀਂ ਦੇ ਸਕਦਾ। ਜਿਹੜਾ ਸੌਂ ਨਾ ਦੇ ਸਕੇ ਉਹਨੂੰ ਮਾਸੂਮ ਆਉਂਦੇ ਨਹੀਂ ਕੁਰਾਨ 'ਤੇ ਮੇਰਾ ਹੱਥ ਹੈ ਜਿਹਨਾਂ ਦੀ ਅੱਲਾਹ ਸੌਂ ਦੇਵੇ ਨਾ ਉਹਨਾਂ ਨੂੰ ਮਾਸੂਮ ਆ। ਮੌਲਾ ਤੁਹਾਨੂੰ ਜਜ਼ਾਏ ਖੈਰ ਅਤਾ ਫਰਮਾਏ।